ਉਹਨਾਂ ਦੇ ਅਸਤ ਲੈ ਕੇ ਆਏ ਸੀ। ਦੇਖੋ ਜੀ ਬਹੁਤ ਰਸ਼ ਹੈਗਾ ਅਸਤ ਪ੍ਰਵਾਹ ਕਰਨ ਵਾਲਿਆਂ ਨੂੰ ਸੰਗਤਾਂ ਦਾ। ਪਿਛੜੇ ਮੈਂਬਰ ਦੇ ਜਿਹੜੇ ਕੱਪੜੇ ਆ ਨਾ ਜੀ, ਉਹ ਵੀ ਦੇਖੋ ਢੇਰ ਲੱਗਾ ਹੋਇਆ ਇੱਥੇ। ਚੰਗੇ ਨਵੇਂ ਵਧੀਆ ਕੱਪੜੇ ਵੀ ਲੋਕ ਲਿਆ ਲਿਆ ਕੇ ਆ ਸੁੱਟੀ ਜਾਂਦੇ ਆ। ਥਾਲੀਆਂ ਵੀ ਬੁੜਿਆਂ ਦੀਆਂ ਸੁੱਟ ਦਿੱਤੀਆਂ ਵਿੱਚ, ਉਹ ਰੁੜੀਆਂ ਜਾਂਦੀਆਂ ਥਾਲੀਆਂ, ਕੱਪੜੇ, ਐਨਕਾਂ, ਚਮਚੇ, ਗਲਾਸ, ਭਾਂਡੇ। ਕੋਰੋਨਾ ਵਾਇਰਸ ਕਰਕੇ ਜਿੱਥੇ ਦੇਸ਼ ਭਰ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਨੇ, ਉੱਥੇ ਪੰਜਾਬ ਵਿੱਚ ਵੀ ਮੌਤਾਂ ਦੀ ਗਿਣਤੀ ਵਿੱਚ ਖਾਸਾ ਵਾਧਾ ਹੋਇਆ ਹੈ। ਤੁਹਾਡੀ ਸਕਰੀਨ ਉੱਤੇ ਚੱਲ ਰਹੀ ਵੀਡੀਓ ਕੀਰਤਪੁਰ ਸਾਹਿਬ ਦੀ ਹੈ, ਜਿੱਥੇ ਲੋਕ ਮ੍ਰਿਤਕਾਂ ਦੇ ਅਸਤ ਪਾਉਣ ਵਾਸਤੇ ਜਾਂਦੇ ਹਨ ਤੇ ਆਮ ਨਾਲੋਂ ਇਹ ਗਿਣਤੀ ਕਾਫੀ ਜ਼ਿਆਦਾ ਹੋ ਗਈ ਹੈ। ਹੁਣ ਢਾਡੀ ਵੀਰ ਜਸਵਿੰਦਰ ਸਿੰਘ ਵੱਲੋਂ ਇਹ ਦ੍ਰਿਸ਼ ਆਪਣੇ ਕੈਮਰੇ ਵਿੱਚ ਕੈਦ ਕੀਤੇ ਗਏ ਨੇ ਅਤੇ ਹੋਰ ਵੀ ਕਈ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਜੋ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਆਏ ਸੀ ਅੱਜ ਇੱਕ ਸਿੰਘ ਭਾਈ ਪ੍ਰਭਜੋਤ ਸਿੰਘ, ਸਤਿਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਾਲੇ ਨਕੋਦਰ ਤੋਂ ਚੜ੍ਹਾਈ ਕਰ ਗਏ ਸੀ ਕੋਵਿਡ-19 ਨਾਲ ਇਫੈਕਟਡ ਹੋ ਕੇ। ਉਹਨਾਂ ਦੇ ਅਸਤ ਲੈ ਕੇ ਆਏ ਸੀ। ਇਹ ਦੇਖੋ ਜੀ ਬਹੁਤ ਰਸ਼ ਹੈਗਾ ਅਸਤ ਪ੍ਰਵਾਹ ਕਰਨ ਵਾਲਿਆਂ ਸੰਗਤਾਂ ਦਾ। ਇੱਧਰ ਵੀ ਇਹ ਦੇਖੋ ਸਾਰੇ ਅਸਥਾਂ ਵਾਲੀਆਂ ਸੰਗਤਾਂ ਹੈਗੀਆਂ। ਬਾਕੀ ਚਲੋ ਜੋ ਹੁਕਮ ਹੈ ਮਾਲਕ ਦਾ, ਪਰ ਇੱਥੇ ਵੀ ਬਹੁਤ ਜ਼ਿਆਦਾ ਲੋਕ ਦੇਖੋ ਜਿਹੜੇ ਵਿਛੜੇ ਮੈਂਬਰ ਦੇ ਜਿਹੜੇ ਕੱਪੜੇ ਆ ਨਾ ਜੀ, ਉਹ ਵੀ ਦੇਖੋ ਢੇਰ ਲੱਗਾ ਹੋਇਆ ਇੱਥੇ। ਚੰਗੇ ਨਵੇਂ ਵਧੀਆ ਕੱਪੜੇ ਵੀ ਲੋਕ ਲਿਆ ਲਿਆ ਕੇ ਆ ਸੁੱਟੀ ਜਾਂਦੇ ਆ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਰੋਕਣ ਦਾ ਕੋਈ ਬੰਦੋਬਸਤ ਨਹੀਂ ਕਰਦੀ। ਇਹੋ ਕੱਪੜੇ ਇੱਥੇ ਇਹਨਾਂ ਨੂੰ ਪਰਿਵਾਰਾਂ ਨੂੰ ਖੜ ਕੇ ਦੱਸਣ ਦੀ ਲੋੜ ਹੈਗੀ ਆ ਵੀ ਭਾਈ ਤੁਸੀਂ ਇਹਨੂੰ ਨਾ ਕਿਸੇ ਲੋੜਵੰਦ ਪਰਿਵਾਰ ਨੂੰ ਦੇ ਦਿਓ, ਜਾਂ ਬਹੁਤ ਸਾਰੀਆਂ ਸੰਸਥਾਵਾਂ ਹੈਗੀਆਂ ਜੀ ਜਿੱਦਾਂ ਲਾਵਾਰਸ ਬੱਚੇ ਆ। ਉਹ ਦੇਖੋ ਥਾਲੀਆਂ ਵੀ ਬੁੜਿਆਂ ਦੀਆਂ ਸੁੱਟ ਦਿੱਤੀਆਂ ਵਿੱਚ, ਉਹ ਰੁੜੀਆਂ ਜਾਂਦੀਆਂ ਥਾਲੀਆਂ, ਕੱਪੜੇ, ਐਨਕਾਂ, ਚਮਚੇ, ਗਲਾਸ, ਭਾਂਡੇ। ਉਹ ਵੀ ਜਿੰਨਾ 'ਚ ਬੇਬੇ ਬਾਪੂ ਖਾਣਾ ਪ੍ਰਸ਼ਾਦਾ ਛਕਦੇ ਸੀ ਉਹ ਵੀ ਸੁੱਟੀ ਜਾਂਦੇ। ਅਤੇ ਕਿਸੇ ਨੇ ਵੀ ਮੈਨੂੰ ਨਹੀਂ ਖਿਆਲ ਵੀ ਬੁੜੀ ਦੀ ਛਾਪ ਲਾ ਕੇ ਸੁੱਟੀ ਹੋਊ, ਬੁੜੀ ਦੇ ਕੰਨ 'ਚੋਂ ਵਾਲੀਆਂ ਲਾ ਕੇ ਸੁੱਟੀਆਂ ਹੋਣਗੀਆਂ, ਬੁੜੀ ਦੀ ਜ਼ਮੀਨ ਛੱਡਤੀ ਹੋਊ, ਬੁੜੀ ਦਾ ਬੈਂਕ ਬੈਲੈਂਸ ਸੁੱਟਤਾ ਹੋ ਲਿਆ ਕੇ ਇੱਥੇ ਪਾਣੀ 'ਚ, ਐਸਾ ਕਿਸੇ ਨੇ ਨਹੀਂ ਕੀਤਾ ਹੋਣਾ। ਪਰ ਕੱਪੜੇ, ਭਾਂਡੇ ਉਹ ਜਿਹੜੇ ਆ ਉਹ ਲੋਕ ਇੱਥੇ ਸੁੱਟੀ ਜਾਂਦੇ ਆ ਵਿੱਚੇ ਹੀ। ਅਤੇ ਇਹ ਪਤਾ ਨਹੀਂ ਇਹੋ ਬਜ਼ੁਰਗਾਂ ਦਾ ਸਤਿਕਾਰ ਆ ਕਿ ਉਹਨਾਂ ਦੀ ਨਰਾਦਰੀ ਆ, ਜਾਂ ਵਿਛੜ ਚੁੱਕੇ ਆ ਸਾਡਾ ਕੋਈ ਭਰਾ, ਸਾਡੀ ਭੈਣ, ਸਾਡਾ ਬੱਚਾ, ਉਹਨਾਂ ਦੇ ਇਸ ਤਰ੍ਹਾਂ ਭਾਂਡੇ ਤੱਕ ਵੀ ਲਿਆ ਕੇ ਨਦੀ 'ਚ ਸੁੱਟਣੇ। ਮਤਲਬ ਕਿ ਉਹ ਪਤਾ ਨਹੀਂ ਉਹਨਾਂ ਦਾ ਸਤਿਕਾਰ ਆ ਕਿ ਨਰਾਦਰੀ ਆ। ਆ ਦੇਖੋ ਆ ਕੱਪੜਿਆਂ ਦਾ ਢੇਰ ਲੱਗਾ, ਬੋਰੇ ਭਰ ਭਰ ਕੇ ਲੋਕ ਨਵੇਂ ਕੱਪੜੇ, ਚੰਗੇ ਭਲੇ ਕੱਪੜੇ ਜਿਹੜੇ ਆ ਉਹ ਸੁੱਟੀ ਜਾ ਰਹੇ ਜੀ ਇੱਥੇ। ਅਤੇ ਇਹ ਚਾਹੀਦਾ ਤਾਂ ਇਹ ਹੈ ਵੀ ਲੋੜਵੰਦ ਸੰਸਥਾਵਾਂ ਪਿੰਡਾਂ 'ਚ, ਸ਼ਹਿਰਾਂ 'ਚ ਲੋਕ ਉਹ ਆਉਂਦੇ ਆ ਸੇਵਾਦਾਰ, ਜਿੱਥੇ ਜਿੱਥੇ ਸੰਸਥਾਵਾਂ ਖੁੱਲੀਆਂ ਉਹ ਆ ਕੇ ਮੰਗਦੇ ਆ ਵੀ ਜੇ ਤੁਹਾਡੇ ਪੁਰਾਣੇ ਪਾਉਣ ਵਾਲੇ ਕੱਪੜੇ ਜੇ ਹੈਗੇ ਤਾਂ ਉਹ ਸਾਨੂੰ ਦੇ ਦਿਓ। ਪਰ ਲੋਕ ਉਹਨਾਂ ਦੀ ਜਿਹੜੀ ਚੰਗੇ ਥਾਂ ਵਰਤੋਂ ਹੋਵੇ ਇਹ ਸੋਚਣ ਦੀ ਬਜਾਏ ਲੋਕ ਇੱਥੇ ਆ ਢੇਰ ਲਾ ਲਾ ਕੇ, ਅਤੇ ਸਮਝ ਲਓ ਵੀ ਆਪਾਂ ਕਹਿ ਸਕਦੇ ਹਾਂ ਗੰਦ ਪਾ ਰਹੇ ਆ। ਆਹ ਦੇਖੋ ਪਤਾਲਪੁਰੀ ਸਾਹਿਬ ਦੇ ਉੱਪਰ ਜਿਹੜਾ ਬ੍ਰਿਜ ਬਣਿਆ ਹੋਇਆ ਉਹ ਆਹ ਸਾਰਾ ਢੇਰ ਚੰਗੇ ਨਵੀਆਂ ਚਾਦਰਾਂ, ਨਵੇਂ ਕੱਪੜੇ ਆ। ਉਹ SGPC ਦਾ ਇੱਕ ਮੁਲਾਜ਼ਮ ਆ, ਉਹ ਆਪ ਬੋਰੇ ਖੋਲ੍ਹ ਖੋਲ੍ਹ ਕੇ ਰੱਖ ਰਿਹਾ ਜਿਹੜੇ ਲੋਕ ਸੁੱਟਦੇ ਇੱਥੇ, ਹੈ ਨਾ। ਆਹ ਭਰਾ ਮੇਰਾ ਖੜਾ, ਅਤੇ SGPC ਨੂੰ ਚਾਹੀਦਾ ਇਹ ਹੈ ਕਿ ਪਿਆਰ ਨਾਲ ਨਾ
रोकया जाए भी भाई इत्थे इदां नहीं, ये कपड़े जरूरतमंद संस्था नूं दिओ, लोड़वंद गरीबां नूं दे दिओ, जां जे आप भी जे पिछे परिवार आ जे कपड़े पै सकदे आप भी पा लो तां उत्थे की हो चलिया जी। पिट दे ते आपां हैगे भी उह विछड़ गया जी, आ हो गया जी, उह हो गया जी, है ना, ते पर उहदे कपड़े जिहड़े उह घर रखण नूं कोई एगरी नहीं हुंदा, सहमत नहीं हुंदा। सो आ देखो जी, ये सारी संगत जिहड़ी आ अस प्रवाह प्रवाह करन वाले ही हैगी आ, ते ये भाई प्रभजोत सिंह होरां दा परिवार है, नाल भाई जगदेव सिंह, हरविंदर सिंह, सत्कार कमेटी दे सिंह जयकारियां नाल उहनां दे अस्थ जिहड़े आ उह कर रहे आ प्रवाह। ते पानी दा वहाव काफ़ी तेज़ आ इस नाले 'च।